ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ 4 ਅਤੇ 5 ਫਰਵਰੀ ਕਿ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੱਦਲ ਵਾਈ ਤੋਂ ਲੈ ਕੇ ਜਿਹੜਾ ਸਿਸਟਮ ਬਣਿਆ ਸੀ ਇਹ ਕਦੋਂ ਸਾਫ਼ ਹੋਵੇਗਾ ਪੂਰਾ ਪੰਜਾਬ ਦਾ ਮੌਸਮ ਸੋ ਜਿਵੇਂ ਕਿ ਆਪਾਂ ਕੱਲ ਵੀ ਦੱਸਿਆ ਸੀ ਕਿ ਅੱਧੀ ਰਾਤ ਤੋਂ ਇਹ ਸਿਸਟਮ ਬੜਾ ਕਮਜ਼ੋਰ ਪੈਣਾ ਸ਼ੁਰੂ ਹੋ ਜਾਵੇਗਾ ਤੇ ਆਪਾਂ ਨੂੰ ਤੜਕੇ ਸਵੇਰ ਸਮੇਂ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਸਾਫ਼ ਦੇਖਦੇਖਣ ਨੂੰ ਮਿਲੇਗਾ ਤਾਂ ਉਸੇ ਤਰ੍ਹਾਂ ਅੱਜ ਸਵੇਰ ਤੋਂ ਹੀ ਪੰਜਾਬ ਦਾ ਮੌਸਮ ਹੈ ਪੰਜਾਬ ਦੇ ਲਗਭਗ ਕੁਝ ਕਹਦੀਆਂ ਵੀ 40-50% ਇਲਾਕੇ ਵਿੱਚ ਮੇਨ ਤੌਰ ਤੇ ਜੋ ਪੱਛਮੀ ਹੈ ਤੇ ਕੁਝ ਮੱਧ ਪੰਜਾਬ ਦੇ ਇਲਾਕੇ ਹੋਣਗੇ ਤਾਂ ਉਹਨਾਂ ਦੇ ਵਿੱਚ ਮੌਸਮ ਆਪਾਂ ਜਿਆਤਰ ਸਾਫ਼ ਦੇਖਣ ਨੂੰ ਮਿਲੂਗਾ ਕਈ ਇਲਾਕਿਆਂ ਵਿੱਚ ਧੁੱਪ ਵੀ ਦੇਖਣ ਨੂੰ ਮਿਲੂਗੀ ਤੇ ਬੱਦਲ ਵੀ ਹਲਕੇ ਰੂਪ ਵਿੱਚ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਕਿਉਂਕਿ ਇਹ ਹਾਲੇ ਸਿਸਟਮ ਹੈਡਾ ਪੂਰੀ ਤਰ੍ਹਾਂ ਪੰਜਾਬ ਦੇ ਉੱਤੋਂ ਨਹੀਂ ਨਿਕਲਿਆ ਹੈ ਇਹਦੇ ਕੁਝ ਕਹਦੀਆਂ ਵੀ ਅੰਸ਼ਾ ਜੇ ਬੱਦਲ ਵੀ ਰੂਪ ਵਿੱਚ ਅੱਜ ਆਪਾਂ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਦੇ ਰਹਿਣਗੇ ਤੇ ਜੇਕਰ ਮੀਂਹ ਦੀ ਹਾਲਾਤ ਦੀ ਗੱਲ ਕਰੀ ਤਾਂ ਆਪਾਂ ਨੂੰ ਪੰਜਾਬ ਦੇ ਕੁਝ ਪੂਰਬੀ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅੱਜ ਸਵੇਰ ਦੇ ਪਹਿਲੇ ਕੁਝ ਘੰਟਿਆਂ ਦੌਰਾਨ ਜਿਦੇ ਵਿੱਚ ਕੁਝ ਇਲਾਕੇ ਚੰਡੀਗੜ੍ਹ ਮੋਹਾਲੀ ਐਸਬੀਐਸ ਨਗਰ ਗੀਐਸਐਸ ਨਗਰ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਭਾਗ ਫਤੇਕੜ ਸਾਹਿਬ ਦੇ ਇਲਾਕੇ ਹੋਗੇ ਕੁਝ ਪਟਿਆਲੇ ਦੇ ਭਾਗ ਹੋਗੇ ਇਸ ਤਰ੍ਹਾਂ ਬਰ ਨੰਗਲ ਅਨੰਦਪੁਰ ਸਾਹਿਬ ਤੇ ਇਹਨਾਂ ਦੇ ਨਾਲ ਲੱਗਦੇ ਇਲਾਕੇ ਚੰਡੀਗੜ੍ਹ ਖੈੜ ਮੋਹਾਲੀ ਬਸਤੀ ਪਠਾਣਾ ਇਹ ਜੋ ਸਾਰੇ ਇਲਾਕੇ ਪੈ ਜਾਂਦੇ ਨੇ ਤੇ ਕੁਝ ਭਾਗ ਨਵਾਂ ਸ਼ਹਿਰ ਦੇ ਤੇ ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਵੀ ਕੁਝ ਇਲਾਕੇ ਹੋਣਗੇ ਸੋ ਇਹ ਕੁਝ ਹਲਕੀ ਫੁਲਕੀ ਬੂੰਦਾਵਾਂ ਦੀ ਕਿਰਮਣ ਜਾਂ ਹਲਕੀ ਅਮੀਨੀਆਂ ਬਚਾਰਾ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਵੀ ਨਾ ਬਾਕੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਜ਼ਿਆਦਾ ਤਾਂ ਠੀਕ ਠਾਕ ਬਣੇ ਰਹੂਗਾ ਕੁਝ ਹਲਕੀ ਸੁਲਕੀ ਬੱਦਲਬਾਝ ਜ਼ਰੂਰ ਆ ਸਕਦੀ ਹੈ ਤੇ ਧੁੱਪ ਲੱਗਣ ਦੇ ਵੀ ਅਸਾਰ ਅੱਜ ਦਿਨ ਦੇ ਸਮੇਂ ਬਣੇ ਹੋਏ ਨੇ ਬੱਦਲਬਾਝ ਦੇ ਦਰਮਿਆਨ ਤੇ ਬਾਕੀ ਉਸ ਤੋਂ ਬਾਅਦ ਦੁਪਹਿਰ ਦੇ ਆਸ-ਵਾਸ ਤੋਂ ਕੁਝ ਹਲਕੀ ਟੁੱਟਮੀ ਬੱਦਲਵਾਈ ਪੰਜਾਬ ਦੇ ਉੱਪਰੋਂ ਗੁਜ਼ਰੇਗੀ ਜਿਹੜੀ ਕਿ ਜਾਂਦੇ ਆਉਂਦੇ ਬੱਦਲ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਥੋੜੇ ਬਹੁਤ ਹਲਕੇ ਛਿੱਟੇ ਦੇ ਸਕਦਣ ਜਿਦੇ ਵਿੱਚ ਮਾਝੇ ਦਾ ਖੇਤਰ ਦੁਆਬੇ ਦਾ ਤੇ ਕੁਝ ਮੱਧ ਤੋਂ ਲੈ ਕੇ ਉੱਤਰ ਪੂਰਬੀ ਮਾਲਵੇ ਦੇ ਇਲਾਕੇ ਸ਼ਾਮਲ ਹੋ ਸਕਦੇ ਨੇ ਹਲਕੇ ਫੁਲਕੇ ਬੂੰਦਾਂ ਜਾਂ ਛਿੱਟੇ ਧੁੱਪ ਦਰਮਿਆਨ ਜਾਂਦੀ ਬੱਦਲਵਾਈ ਦੇ ਸਕਦੇ ਕੋਈ ਪਰ ਜਿਆਦਾ ਮੀਂਹ ਦੇ आसार ਨਹੀਂ ਹੋਣਗੇ ਮੇਨ ਤੌਰ ਤੇ ਜਿਹੜਾ ਸਿਸਟਮ ਹੈ ਲਗਭਗ ਕਮਜ਼ੋਰ ਹੋ ਕੇ ਦੁਪਹਿਰ ਤੱਕ ਖਤਮ ਹੋ ਜਾਵੇਗਾ ਸੂ ਹਵਾਵਾਂ ਦੀ ਜੇਕਰ ਗੱਲ ਕਰੀਏ ਤਾਂ ਹਵਾਵਾਂ ਕੋਈ ਅੱਜ ਖਾਸ ਇੱਕ ਦਿਸ਼ਾ ਤੋਂ ਨਹੀਂ ਚੱਲਣਗੀਆਂ ਉੱਤਰ ਪੂਰਬੀ ਉੱਤਰ ਪੱਛਮੀ ਅਤੇ ਕੁਝ ਦੱਖਣੀ ਹਵਾਵਾਂ ਇਸ ਤਰ੍ਹਾਂ ਬਦਲਦੀਆਂ ਦਿਸ਼ਾਵਾਂ ਤੋਂ ਚੱਲਦੀਆਂ ਰਹਿਣਗੀਆਂ ਹਵਾਵਾਂ ਵੀ ਤੇ ਇਸ ਤੋਂ ਬਾਅਦ ਇਹ ਗੱਲ ਕਰੀਏ ਕੱਲ 5 ਦਸੰਬਰ ਫੋਰੀ 5 ਫਰਵਰੀ ਦੀ 5 ਫਰਵਰੀ ਨੂੰ ਵੀ ਮੌਸਮ ਪੰਜਾਬ ਦਾ ਫਿਰ ਜ਼ਿਆਦਾਤਰ ਠੀਕ ਠਾਕ ਦੇਖਣ ਨੂੰ ਮਿਲੂਗਾ ਉੱਤਰ ਪੱਛਮੀ ਹਵਾਵਾਂ ਦੀ ਵਾਪਸੀ ਸੂਬੇ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਦੇਖਣ ਨੂੰ ਮਿਲੂਗੀ ਤੇ ਕੁਝ ਧੁੰਦ ਦੇ ਧੁੱਪ ਦੇ ਬੱਦਲ ਹਲਕੇ ਫੁਲਕੇ ਸਵੇਰ ਦੇ ਸਮੇਂ ਦੇਖਣ ਨੂੰ ਮਿਲਣਗੇ ਪਰ ਧੁੱਪ ਵੀ ਇਹਨਾਂ ਦਰਮਿਆਨ ਦੇਖਣ ਨੂੰ ਮਿਲੂਗੀ ਤੇ ਮੀਂਹ ਦੇ ਹਾਲਾਤ ਲਗਭਗ ਨਾ ਮਾਤਰ ਰਹਿਣਗੇ 5 ਫਰਵਰੀ ਨੂੰ ਮੌਸਮ ਜਿਆਦਾ ਸਾਫ਼ ਤੇ ਖੁਸ਼ਕ ਰਹੇਗਾ